ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਮਨਦੀਪ ਕੌਰ, ਮੇਰੇ ਚੈਨਲ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ। ਅੱਜ ਅਸੀਂ ਬਣਾ ਰਹੇ ਹਾਂ ਮਟਨ, ਇਹਨੂੰ ਅੱਛੀ ਤਰ੍ਹਾਂ ਵਾਸ਼ ਕਰ ਲਾਂਗੇ। ਸੋ ਬਹੁਤ ਹੀ ਸਿੰਪਲ ਵੇ ਨਾ, ਅਸੀਂ ਦਹੀਂ ਪਾਵਾਂਗੇ ਇਹਨੂੰ ਮੈਰੀਨੇਟ ਕਰਨ ਲਈ। ਮੈਰੀਨੇਟ ਬਹੁਤ ਹੀ ਥੋੜ੍ਹੇ ਟਾਈਮ ਲਈ, ਕਿਉਂਕਿ ਮੈਂ ਥੋੜ੍ਹਾ ਜਲਦੀ ਬਣਾ ਰਹੀ ਹਾਂ, ਇਸ ਲਈ ਅਸੀਂ ਇਹਨੂੰ ਦਹੀਂ ਲਾ ਕੇ ਰੱਖ ਦਾਂਗੇ। ਸੋ ਅੱਛੀ ਤਰ੍ਹਾਂ ਦਹੀਂ ਤੁਸੀਂ ਇਹਨੂੰ ਆਪਣੇ ਹੈਂਡ ਨਾਲ ਲਾ ਦੇਣਾ ਗਾ, ਪਹਿਲਾਂ ਅੱਛੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ। ਦਹੀਂ ਲਗਾਉਣ ਤੋਂ ਬਾਅਦ ਅਸੀਂ ਇਹਨੂੰ ਅਸੀਂ ਸਾਈਡ 'ਤੇ ਕਰ ਦਾਂਗੇ, ਮਸਾਲਿਆਂ ਦੀ ਕਰਾਂਗੇ ਤਿਆਰੀ। ਹਰੀ ਮਿਰਚ, ਲਸਣ, ਟਮਾਟਰ ਔਰ ਪਿਆਜ਼ ਸਿੰਪਲ ਨੇ ਬਿਲਕੁਲ, ਜਿੰਨੇ ਮਸਾਲੇ ਘੱਟ ਉਨਾ ਜ਼ਿਆਦਾ ਨਹੀਂ, ਕਿ ਤੋਂ ਮਸਾਲਿਆਂ ਦਾ ਟੇਸਟ ਜ਼ਿਆਦਾ ਆਉਂਦਾ ਰਹਿੰਦਾ। ਸੋ ਮਸਾਲਿਆਂ ਨੂੰ ਅਸੀਂ ਮਸਟਰਡ ਆਇਲ ਦੇ ਵਿੱਚ ਹਲਕਾ ਬਰਾਊਨ ਕਰਾਂਗੇ, ਔਰ ਤੇਜ਼ ਪੱਤਾ ਪਾ ਕੇ। ਸੋ ਲੁਕਿੰਗ ਸੋ ਯੰਮੀ, ਹਿਲਾਉਂਦੇ ਰਹਾਂਗੇ, ਕਿਉਂਕਿ ਜਿੰਨੇ ਸਪਾਈਸ ਘੱਟ ਆ ਤੁਹਾਨੂੰ ਉੱਦਾਂ ਹੀ ਵੈਜੀਟੇਬਲ ਜਾਂ ਤੁਹਾਡੇ ਨੋਨ ਵੈਜ ਦਾ ਟੇਸਟ ਆਏਗਾ, ਨਹੀਂ ਤਾਂ ਮਸਾਲਿਆਂ ਦਾ ਟੇਸਟ ਆਉਂਦਾ ਰਹਿੰਦਾ। ਇਹਦੇ ਵਿੱਚ ਅਸੀਂ ਨਮਕ ਪਾ ਦਾਂਗੇ, ਕਿਉਂਕਿ ਨਮਕ ਪਾਉਣ ਨਾਲ ਗ੍ਰੇਵੀ ਜਲਦੀ ਬਣ ਜਾਂਦੀ ਹੈ, ਪੱਕ ਜਾਂਦਾ ਮਸਾਲਾ। ਸੋ ਅੱਛੀ ਤਰ੍ਹਾਂ ਇਹਨੂੰ ਮਿਲਾਵਾਂਗੇ। ਆਇਲ ਤੁਸੀਂ ਘੱਟ ਰੱਖਣਾ, ਕਿਉਂਕਿ ਮਟਨ ਦੇ ਵਿੱਚ ਬਹੁਤ ਸਾਰਾ ਆਪਣਾ ਹੀ ਆਇਲ ਹੁੰਦਾ ਗਾ। ਸੋ ਹੁਣ ਅਸੀਂ ਪਾਵਾਂਗੇ ਮਟਨ, ਜੋ ਦਹੀਂ ਦੇ ਨਾਲ ਅਸੀਂ ਮੈਰੀਨੇਟ ਕੀਤਾ ਸੀ। ਲੁਕਿੰਗ ਸੋ ਯੰਮੀ, ਇਸ ਵਿਧੀ ਨਾਲ ਤੁਸੀਂ ਜ਼ਰੂਰ ਬਣਾ ਕੇ ਦੇਖਣਾ, ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਪਲੀਜ਼ ਮੇਰੀ ਲਾਈਕ ਵੀਡੀਓ ਤੁਸੀਂ ਵਾਚ ਕਰਦੇ ਹੋ, ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ। ਸੋ ਕਮੈਂਟ ਕਰਕੇ ਵੀ ਆਪਣੀ ਰਾਏ ਜ਼ਰੂਰ ਦੱਸਿਆ ਕਰੋ, ਤਾਂ ਕਿ ਮੈਂ ਨੈਕਸਟ ਟਾਈਮ ਤੋਂ ਠੀਕ ਕਰ ਪਾਵਾਂ, ਜਾਂ ਤੁਹਾਡੇ ਅਕੋਰਡਿੰਗ ਤੁਹਾਨੂੰ ਕੁਛ ਦੱਸ ਪਾਵਾਂ। ਇਹਨੂੰ ਅਸੀਂ ਬੰਦ ਕਰ ਦਿੱਤਾ ਸੀ, ਘੱਟੋ ਘੱਟ 5-6 ਸੀਟੀਆਂ ਆ ਗਈਆਂ ਸੀ, ਉਸ ਤੋਂ ਬਾਅਦ ਮੈਂ ਇਹਨੂੰ ਖੋਲ੍ਹ ਕੇ ਇੱਕ ਵਾਰੀ ਚੈੱਕ ਕੀਤਾ, ਕਿਉਂਕਿ ਤੁਹਾਡੇ ਮਟਨ 'ਤੇ ਵੀ ਡਿਪੈਂਡ ਕਰਦਾ, ਤੁਹਾਡਾ ਜ਼ਿਆਦਾ ਪੱਕਾ ਹੋਇਆ ਮਟਨ ਆ, ਮਤਲਬ ਬੜਾ ਹੈ ਨਾ, ਔਰ ਛੋਟੇ ਬੱਚੇ ਦਾ ਮਟਨ ਆ ਉਹ ਵੀ ਆ। ਅਤੇ ਇਹ ਬਣ ਚੁੱਕਿਆ ਆਲਮੋਸਟਲੀ 4 ਜਾਂ 5 ਸੀਟੀਆਂ ਦੇ ਵਿੱਚ ਬਣ ਚੁੱਕਿਆ ਸੀਗਾ। ਸੋ ਹੁਣ ਆਪਾਂ ਇਹਦੇ ਵਿੱਚ ਜਿਹੜੇ ਬਾਕੀ ਦੇ ਮਸਾਲੇ ਨੇ ਉਹ ਪਾਵਾਂਗੇ, ਅਤੇ ਪਾਣੀ ਦੀ ਲੋੜ ਆ ਤੁਹਾਨੂੰ ਗ੍ਰੇਵੀ ਬਣਾਉਣ ਲਈ, ਤਾਂ ਤੁਸੀਂ ਉਹ ਵੀ ਹੁਣ ਐਡ ਕਰਾਂਗੇ। ਉਸ ਤੋਂ ਬਾਅਦ ਅਸੀਂ ਇਹਨੂੰ ਖੁੱਲ੍ਹਾ ਛੱਡ ਕੇ ਜਾਂ ਸੀਟੀ ਬਣਾਵਾਂਗੇ। ਦੇਖੋ ਆਇਲ ਬਿਲਕੁਲ ਅਲੱਗ ਹੋ ਚੁੱਕਿਆ, ਮੈਂ ਐਡਿਟ ਬਹੁਤ ਦਿਨਾਂ ਬਾਅਦ ਕਰ ਰਹੀ ਹਾਂ, ਦੇਖ ਕੇ ਦਿਲ ਕਰਨ ਲੱਗ ਗਿਆ ਦੁਬਾਰਾ। ਸੋ ਇਹਦੇ 'ਚ ਮੇਨ ਹੀ ਜਾਣਗੇ ਹਲਦੀ, ਥੋੜ੍ਹਾ ਰੈੱਡ ਚਿੱਲੀ ਪਾਊਡਰ, ਔਰ ਦੇਗੀ ਮਿਰਚ ਕਲਰ ਦੇ ਲਈ, ਔਰ ਇਹਦੇ 'ਚ ਜਾਊਗਾ ਮਟਨ ਕਾ ਜੋ ਮਸਾਲਾ ਬਣਦਾ, ਮਟਰ ਕਾ ਮਸਾਲਾ। ਇਹ ਬਹੁਤ ਅੱਛਾ ਮਸਾਲਾ ਯਾਰ, ਮੈਂ ਮੋਸਟਲੀ ਇਹਨੂੰ ਯੂਜ਼ ਕਰਦੀ ਹਾਂ, ਅਤੇ ਤੁਸੀਂ ਵੀ ਜ਼ਰੂਰ ਯੂਜ਼ ਕਰਿਓ। ਅਤੇ ਹੁਣ ਆਪਾਂ ਇਹਨੂੰ ਪਾ ਕੇ ਮਿਲਾ ਦਾਂਗੇ। ਬਹੁਤ ਹੀ ਟੇਸਟੀ ਬਣਿਆ ਸੀ ਮਟਨ ਕਰੀ ਹੈ, ਤੁਸੀਂ ਜ਼ਰੂਰ ਬਣਾਇਓ ਪਲੀਜ਼। ਜਿਹੜੇ ਵੀ ਮਟਨ ਹੈ ਨਾ, ਨੋਨ ਵੈਜ ਨੇ, ਨੋਨ ਵੈਜ ਲਵਰ ਨੇ ਜਾਂ ਮਟਨ ਖਾਣ ਦੇ ਸ਼ੌਕੀਨ ਨੇ, ਇੱਦਾਂ ਬਣਾਇਓ, ਬਹੁਤ ਹੀ ਟੇਸਟੀ ਬਣਿਆ ਸੀ ਬਹੁਤ ਹੀ ਥੋੜ੍ਹੇ ਟਾਈਮ ਦੇ ਵਿੱਚ। ਸੋ ਮੈਂ ਇਹਨੂੰ ਖੁੱਲ੍ਹਾ ਹੀ ਬਣਾਉਂਗੀ, ਕਿਉਂਕਿ ਆਲਮੋਸਟ ਬਣ ਚੁੱਕਿਆ ਸੀ, ਤਾਂ ਕਿ ਮਸਾਲੇ ਬਣ ਜਾਣ। ਔਰ ਮੈਂ 1 ਗਲਾਸ ਪਾਣੀ ਐਡ ਕੀਤਾ ਸੀ ਗ੍ਰੇਵੀ ਦੇ ਹਿਸਾਬ 'ਤੇ, ਤੁਹਾਡਾ 1 ਜਾਂ 3 ਜਿੱਦਾਂ ਗ੍ਰੇਵੀ ਤੁਹਾਡਾ ਦਿਲ ਕਰਦਾ ਉੱਦਾਂ। ਅਤੇ ਟੇਸਟ ਸ਼ੁਰੂ ਕਰੋ, ਬਾਏ ਬਾਏ, ਟੇਕ ਕੇਅਰ।